ਪਾਜਪਾ ਦੇ ਅਗੂ ਤੇ ਸਾਬਕਾ ਕਾਂਗਰਸੀ ਮੰਤਰੀ ਮਨਪ੍ਰੀਤ ਬਾਦਲ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਦਰਅਸਲ ਉਹ ਕਸੂਤੇ ਫਸ ਗਏ ਸਨ ਇੱਕ ਕੇਸ ਦੇ ਵਿੱਚ ਜਿਹੜਾ ਪਲਾਟ ਦਾ ਮਸਲਾ ਸੀ ਬਠਿੰਡਾ ਦੇ ਵਿੱਚ ਔਰ ਉਹਨਾਂ ਦੀ ਹੀ ਪਾਰਟੀ ਦੇ ਜਿਹੜੇ ਨੇ ਸਰੂਪ ਚੰਦ ਸਿੰਘਲਾ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਮਾਮਲਾ ਅੱਗੇ ਤੋਰਿਆ ਵਿਜੀਲੈਂਸ ਨੇ ਜਾਂਚ ਪੜਤਾਲ ਕੀਤੀ ਛਾਪੇ ਮਾਰੀਆਂ ਵੀ ਲਗਾਤਾਰ ਜਾਰੀ ਸਨ ਪਰ ਮਨਪ੍ਰੀਤ ਬਾਦਲ ਵਿਜੀਲੈਂਸ ਦੇ ਹੱਥ ਨਹੀਂ ਸਨ ਲੱਗੇ ਪਹਿਲਾਂ ਲੋਅਰ ਕੋਰਟ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਇਹੀ ਅਗਾਊਂ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਈ ਸੀ ਬਾਅਦ ਵਿੱਚ ਇਹ ਵੀ ਖਬਰਾਂ ਛਪੀਆਂ ਇਹ ਵੀ ਜਾਣਕਾਰੀ ਸਾਹਮਣੇ ਆਈ ਵੱਖ-ਵੱਖ ਸੋਰਸ ਦੇ ਜ਼ਰੀਏ ਵੱਖ-ਵੱਖ ਜਾਣਕਾਰਾਂ ਦੇ ਜ਼ਰੀਏ ਕਿ ਮਨਪ੍ਰੀਤ ਬਾਦਲ ਨੂੰ ਪਗੋੜਾ ਵੀਕਰਾਰ ਦਿੱਤਾ ਜਾ ਸਕਦਾ ਪਰ ਹੁਣ ਹਾਈ ਕੋਰਟ ਨੇ ਕੀ ਕਹਿ ਕੇ ਸੁਣਵਾਈ ਕਰਦੇ ਹੋયા ਰਾਹ ਦਿੱਤੀ ਹੈ ਮਨਪ੍ਰੀਤ ਬਾਦਲ ਨੂੰ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਣੇ ਆ ਅੱਜ ਕੇਸ ਦੀ ਹਾਈ ਕੋਰਟ ਚ ਸੁਣਵਾਈ ਸੀ ਔਰ ਹੁਣੇ-ਹੁਣੇ ਅਦਾਲਤ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ ਜੋ ਪੁੱਛ ਪੜਤਾਲ ਹੋਣੀ ਹੈ ਉਸ ਦੇ ਵਿੱਚ ਸ਼ਾਮਲ ਹੋਣਾ ਪਵੇਗਾ ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਇਸ ਕਰਕੇ ਅਗਾਊਂ ਜ਼ਮਾਨਤ ਦੀ ਜਿਹੜੀ ਹੈ ਅਰਜੀ ਉਹਨਾਂ ਦੀ ਪ੍ਰਵਾਨ ਹੋ ਗਈ ਹੈ ਮਨਜ਼ੂਰੀ ਮਿਲ ਗਈ ਹੈ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਹਾਈ ਕੋਰਟ ਤੋਂ ਇਹ ਅੰਤਰੀਮ ਜ਼ਮਾਨਤ ਜਿਹੜੀ ਮਿਲੀ ਹੈ ਹਾਈ ਕੋਰਟ ਨੇ ਪਲਾਟ ਘਟਾਲੇ ਵਿੱਚ ਅੰਤਰੀਮ ਜ਼ਮਾਨਤ ਦਿੱਤੀ ਹੈ ਨਾਲ ਹੀ ਸਰਕਾਰ ਨੂੰ ਜਿਹੜਾ ਨੋਟਿਸ ਵੀ ਆ ਜਿਹੜਾ ਕੱਢਿਆ ਹਾਈ ਕੋਰਟ ਨੇ ਪਲਾਟ ਘਟਾਲੇ ਵਿੱਚ ਅੰਤਰੀਮ ਜ਼ਮਾਨਤ ਦੇਣ ਦੇ ਨਾਲ ਨਾਲ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਤੇ ਪਰਚਾ ਦਰਜ ਕੀਤਾ ਗਿਆ ਸੀ ਔਰ ਇਹ ਗਲਤ ਅੰਗ ਨਾਲ ਪਲਾਟ ਥੇ ਆਉਣ ਦਾ ਮਾਮਲਾ ਸੀ ਇਹ ਇਲਜ਼ਾਮ ਲੱਗੇ ਸਨ ਕਿ ਇਸ ਨਾਲ ਸਰਕਾਰ ਨੂੰ 60 ਲੱਖ ਰੁਪਏ ਤੋਂ ਵੱਧ ਦਾ ਚੂਨਾ ਲੱਗਿਆ ਸੀ ਇਹ ਇਲਜ਼ਾਮ ਲੱਗੇ ਸਨ ਮਨਪ੍ਰੀਤ ਬਾਦਲ ਦੇ ਉੱਤੇ ਔਰ ਦੂਜੇ ਪਾਸੇ ਮਨਪ੍ਰੀਤ ਬਾਦਲ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਇਹ ਸਿਆਸੀ ਰੰਜਿਸ਼ ਹੈ ਇਸ ਤੋਂ ਵੱਧ ਕੁਝ ਨਹੀਂ ਮਨਪ੍ਰੀਤ ਬਾਦਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਾਲੇ ਵੀਡੀਓ ਦੇ ਜ਼ਰੀਏ ਆ ਲਾਈਵ ਹੋਣ ਕਰਕੇ ਜਾਂ ਟਿੱਪਣੀਆਂ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਕਾਫੀ ਬਿਆਨਬਾਜ਼ੀ ਕੀਤੀ ਗਈ ਪਰ ਮਨਪ੍ਰੀਤ ਬਾਦਲ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹੀ ਕਹਿਣਾ ਸੀ ਕਿ ਜੇਕਰ ਮੈਂਨਪ੍ਰੀਤ ਬਾਦਲ ਨੂੰ ਕਿਸੇ ਕੇਸ ਦੇ ਵਿੱਚ ਨਹੀਂ ਛੱਡ ਸਕਦਾ ਜਾਂ ਉਹਨਾਂ ਨੇ ਕੋਈ ਗੜਬੜੀ ਕੀਤੀ ਹੈ ਤੇ ਉਹਨਾਂ ਤੇ ਪਰਚਾ ਹੋ ਸਕਦਾ ਤਾਂ ਫਿਰ ਇਸ ਦਾ ਮਤਲਬ ਸਾਫ਼ ਹੈ ਕਿ ਮੈਂ ਕਿਸੇ ਨੂੰ ਵੀ ਨਹੀਂ ਬਖਸ਼ਾਂਗਾ ਇਹ ਗੱਲਾਂ ਵੀ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਸੀ ਜਦੋਂ ਲੋਅਰ ਕੋਰਟ ਦੇ ਵਿੱਚ ਹੇਟਲੀ ਅਦਾਲਤ ਦੇ ਵਿੱਚ ਮਨਪ੍ਰੀਤ ਬਾਦਲ ਦੇ ਵਕੀਲਾਂ ਨੇ ਅਗਾਊਂ ਜ਼ਮਾਨਤ ਅਰਜੀ ਲਗਾਈ ਸੀ ਤਾ ਇੱਕ ਵਾਰੀ ਉਹ ਵਾਪਸ ਵੀ ਲਈ ਸੀ ਅਰਜੀ ਉਦੋਂ ਉਹਨਾਂ ਨੇ ਨਾਲੇ ਸੀਡੀ ਵੀ ਕਿਹਾ ਜਾ ਰਿਹਾ ਸੀ ਨੱਥੀ ਕੀਤੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਵੇਂ ਪਹਿਲਾਂ ਹੀ ਕਹਿ ਰਹੇ ਨੇ ਪਰਚਾ ਦਰਜ ਹੋਣ ਤੋਂ ਇਸ ਦਾ ਮਤਲਬ ਕਿ ਸਿਆਸੀ ਰੰਜਿਸ਼ ਹੈ ਫਿਰ ਪਰਚਾ ਦਰਜ ਹੋਇਆ ਤਾਂ ਫਿਰ ਉਹਨਾਂ ਨੇ ਅਰਜੀ ਇੱਕ ਵਾਰੀ ਵਾਪਸ ਲਈ ਫਿਰ ਦੁਬਾਰਾ ਜ਼ਮਾਨਤ ਤਰਜੀ ਲਗਾਈ ਉਹ ਵੀ ਆ ਜਿਹੜੀ ਰੱਦ ਕਰ ਦਿੱਤੀ ਸੀ ਹੇਠਲੀ ਅਦਾਲਤ ਨੇ ਪਰ ਹੁਣ ਜਿਹੜਾ ਕੀ ਹੈ ਹਾਈ ਕੋਰਟ ਦੇ ਵਿੱਚ ਮਨਪ੍ਰੀਤ ਬਾਦਲ ਨੂੰ ਜ਼ਰੂਰ ਰਾਹਤ ਮਿਲੀ ਹੈ ਉਹਨਾਂ ਦੀ ਜਿਹੜੀ ਅੰਤਰੀਮ ਜ਼ਮਾਨਤ ਮਿਲ ਗਈ ਹੈ ਪਰ ਨਾਲ ਹੀ ਉਹਨਾਂ ਨੂੰ ਤਫਤੀਸ਼ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਆਦੇਸ਼ ਦਿੱਤੇ ਗਏ ਨੇ ਕਿਹਾ ਜਾ ਰਿਹਾ ਤਾਂ ਮਨਪ੍ਰੀਤ ਬਾਦਲ ਦੀ ਹੁਣ ਗ੍ਰਿਫਤਾਰੀ ਹੈ ਜਿਹੜੀ ਉਹ ਨਹੀਂ ਹੋਵੇਗੀ ਕਿਉਂਕਿ ਪਹਿਲਾਂ ਕਾਫੀ ਲੰਮੇ ਸਮੇਂ ਤੋਂ ਚਰਚਾ ਚੱਲ ਰਹੀ ਸੀ ਕਿ ਜੇਕਰ ਪਰਚਾ ਦਰਜ ਹੋ ਗਿਆ ਤੇ ਗ੍ਰਿਫਤਾਰੀ ਹੋਵੇਗੀ ਕਾਫੀ ਲੰਮਾ ਸਮਾਂ ਹੋ ਗਿਆ ਇਸ ਦੇ ਦੌਰਾਨ ਛਾਪੇ ਮਾਰੀਆਂ ਵੀ ਪੰਜਾਬ ਸੂਬੇ 'ਚ ਨਹੀਂ ਹਿਮਾਚਲ ਹਰਿਆਣਾ ਰਾਜਸਥਾਨ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਵੀ ਛਾਪੇ ਮਾਰੀਆਂ ਦਾ ਜ਼ਿਕਰ ਕਰਦੀ ਰਹੀ ਹੈ ਪੁਲਿਸ ਵਿਜੀਲੈਂਸ ਵੀ ਕਿ ਅਸੀਂ ਛਾਪੇਮਾਰੀ ਕਰ ਰਹੇ ਹਾਂ ਔਰ ਜਲਦੀ ਹੀ ਗ੍ਰਿਫਤਾਰ ਕਰਾਂਗੇ ਔਰ ਇਸ ਦੇ ਲਈ एलओसीवी जारी कीती गई कि ਕਿਤੇ ਮਨਪ੍ਰੀਤ ਬਾਦਲ ਵਿਦੇਸ਼ ਨਾ ਚਲੇ ਜਾਣ ਤਫਤੀਸ਼ ਨੂੰ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਦੇ ਡਰ ਦੇ ਮਾਰੇ ਆ ਬਾਹਰ ਨਾ ਚਲੇ ਜਾਣ ਪਰ ਉਹ ਉਹਨਾਂ ਦੇ ਖਿਲਾਫ ਇਹ ਵੀ ਜਿਹੜਾ एलओसीवी ਜਾਰੀ ਕਰ ਦਿੱਤੀ ਗਈ ਸੀ ਪਰ ਹੁਣ ਹਾਈ ਕੋਰਟ ਨੇ ਜਦੋਂ ਰਾਹਤ ਦਿੱਤੀ ਅੰਤਰੀ ਮਜ਼ਮਾਨਤ ਮਿਲ ਗਈ ਹੈ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਤੋਂ ਹੁਣ ਬਚਤ ਰਹੇਗੀ ਪਰ ਉਹਨਾਂ ਨੂੰ ਵਿਜੀਲੈਂਸ ਜਦੋਂ ਬੁਲਾਵੇਗੀ ਜਾਂ ਪੁਸ਼ ਗਿਸ਼ਤ ਦੇ ਵਿੱਚ ਉਹਨਾਂ ਨੂੰ ਸ਼ਾਮਲ ਹੋਣਾ ਪਵੇਗਾ ਲਾਜ਼ਮੀ ਹੋਵੇਗਾ ਅੱਗੇ ਹੋਰ ਕਾਨੂੰਨ ਦੇ ਹਿਸਾਬ ਦੇ ਨਾਲ ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਨੇ ਜਾਂ ਰਾਹਤ ਮਿਲੀ ਰਹੇਗੀ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਵਿਜੀਲੈਂਸ ਨੇ ਕਿਹਾ ਸੀ ਕਿ ਅਸੀਂ ਠੋਸ ਸਬੂਤ ਨੇ ਸਾਡੇ ਕੋਲ ਔਰ ਸਾਰੀ ਸਬੂਤਾਂ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਹੈ ਕਿ ਕਿਸੇ ਦੇ ਦਬਾਅ ਹੇਠ ਆ ਕੇ ਕਾਰਵਾਈ ਨਹੀਂ ਕੀਤੀ ਇਹ ਦਾਵਾ ਪਹਿਲਾਂ ਕੀਤਾ ਜਾ ਚੁੱਕਾ ਹੈ ਦੇਖਦੇ ਹਾਂ ਹੁਣ ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਦੇ ਹਿਸਾਬ ਦੇ ਨਾਲ ਘਟਦੀਆਂ ਹੀ ਜਾਣਗੀਆਂ ਜਾਂ ਫਿਰ ਕਿਸੇ ਸਬੂਤ ਦੇ ਆਧਾਰ ਦੇ ਉੱਤੇ ਮੁਸ਼ਕਲ ਕਿਸੇ ਸਮੇਂ ਦੇ ਵਿੱਚ ਵੱਧ ਵੀ ਸਕਦੀ ਹੈ ਬੇਸ਼ੱਕ ਹਾਈ ਕੋਰਟ ਨੇ ਰਹਾਦ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ ਤੇ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਰ-ਵਾਰ ਦਾਅਵਾ ਇਹ ਕੀਤਾ ਸੀ ਕਿ ਜਿਹੜੀ ਵੀ ਕਾਰਵਾਈ ਹੋ ਰਹੀ ਹੈ ਇਹ ਕਾਨੂੰਨ ਦੇ ਆਧਾਰ ਦੇ ਉੱਤੇ ਹੋ ਰਹੀ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੋ ਰਹੀ ਹੈ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਤੋਂ ਵਿਜੀਲੈਂਸ ਨੂੰ ਹਰੀ ਝੰਡੀ ਦਿੱਤੀ ਹੈ ਉਦੋਂ ਤੋਂ ਇਹ ਬਾਰ-ਬਾਰ ਉਹ ਦਾਅਵਾ ਕਰਦੇ ਨੇ ਟਵੀਟ ਦੇ ਜ਼ਰੀਏ ਵੀ ਫੇਸਬੁੱਕ ਤੇ ਪੋਸਟ ਜਰੀਏ ਵੀ ਔਰ ਭਾਸ਼ਣਾ ਦੇ ਵਿੱਚ ਵੀ ਕਿ ਜਿਸ ਜਿਸ ਨੇ ਵੀ ਸਰਕਾਰ ਦੇ ਖਜ਼ਾਨੇ ਨੂੰ ਘਾਟਾ ਪਾਇਆ ਚਾਹੇ ਪਾਈ ਪਾਈ ਦਾ ਹੋਵੇ ਰੁਪਏ ਦਾ ਹੋਵੇ ਚਾਹ ਲੱਖਾਂ ਦਾ ਚਾਹੇ ਕਰੋੜਾਂ ਦਾ ਉਹਨਾਂ ਸਾਰਿਆਂ ਤੋਂ ਹਸਾਬ-ਕਿਤਾਬ ਲੈ ਜਾਣਗੇ ਸਾਡੇ ਆਪਣੇ ਹੋਣ ਜਾਂ ਪਰाये ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਦਿਖਾਈ ਦਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਪਰ ਜਿੱਥੋਂ ਤੱਕ ਰਹੀ ਗੱਲ ਇਸ ਕੇਸ ਦੀ ਪਲਾਟ ਘਟਾਲੇ ਦੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸ ਢੰਗ ਦੇ ਨਾਲ ਡਿਜੀਟਲ ਦਸਤਕਤ ਨੇ ਜਿਹੜੇ ਉਹ ਵੀ ਜਾਲੀ ਪਾਏ ਗਏ ਜਾਂ ਕਿਵੇਂ ਨਕਸ਼ੇ ਤੱਕ ਜਾਰੀ ਨਹੀਂ ਕੀਤੇ ਗਏ ਤਾਂ ਕਿ ਉੱਥੇ ਜਾ ਕੇ ਕੋਈ ਹੋਰ ਬੋਲੀ ਨਾ ਲਾਵੇ ਇਸੇ ਕਰਕੇ ਮਨਪ੍ਰੀਤ ਬਾਦਲ ਦੇ ਕਰੀਬੀਆਂ ਦੇ ਉੱਤੇ ਔਰ ਮਨਪ੍ਰੀਤ ਬਾਦਲ ਦੇ ਉੱਤੇ ਸਵਾਲ ਖੜੇ ਹੋਏ ਸਨ ਕਿ ਪਲਾਟ ਮਸਲੇ ਦੇ ਵਿੱਚ ਇਹਨਾਂ ਨੇ ਕਈ ਤਰ੍ਹਾਂ ਦੀ ਗੜਬੜੀ ਕੀਤੀ ਆਪਣੀ ਰਸੂਖਦਾਰੀ ਨੂੰ ਵਰਤਦਿਆਂ ਹੋਇਆਂ ਔਰ ਇਸ ਦੀ ਸ਼ਿਕਾਇਤ ਵੀ ਭਾਜਪਾ ਦੇ ਆਗੂ ਸਰੂਪਚੰਦ ਸਿੰਘ ਲਾਵਲੋਂ ਦਿੱਤੀ ਗਈ ਸੀ ਤੇ ਉਹਨਾਂ ਨੇ ਜਦੋਂ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਤੇ ABC ਪੰਜਾਬ ਦੇ ਨਾਲ ਗੱਲਬਾਤ ਕਰਦੇ ਆਂ ਵੀ ਆਖਿਆ ਸੀ ਕਿ ਉਹਨਾਂ ਨੂੰ ਤਸੱਲੀ ਹੈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਮਨਪ੍ਰੀਤ ਬਾਦਲ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਉਹਨਾਂ ਨੂੰ ਉਮੀਦ ਹੈ ਕਿ ਅੱਗੇ ਉਹਨਾਂ ਦੀ ਗ੍ਰਿਫਤਾਰੀ ਵੀ ਹੋਵੇਗੀ ਇਹ ਗੱਲਾਂ ਵੀ ਉਹ ਕਹਿ ਕਰ ਚੁੱਕੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਅਦਾਲਤ ਦੇ ਨਜ਼ਰੀਏ ਤੋਂ ਹਾਈ ਕੋਰਟ ਦੇ ਵੱਲੋਂ ਜ਼ਰੂਰ ਅੰਤਰੀਮ ਜ਼ਮਾਨਤ ਆ ਜਿਹੜੀ ਉਮਨਪ੍ਰੀਤ ਬਾਦਲ ਨੂੰ ਮਿਲ ਚੁੱਕੀ ਹੈ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਇਸ ਬਾਬਤ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ